ਅਸਲਾਮ ਅਲੈਕਮ ਦੋਸਤੋ ਗੁਜ਼ਸ਼ਤਾ 2-4 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਸਲਾ ਚੱਲ ਰਿਹਾ ਸੀ ਇੱਕ ਨਿਊਜ਼ ਚੱਲ ਰਹੀ ਸੀ ਕਿ ਨਾਦਰਾ ਦਾ ਜਿਹੜਾ ਇਦਾਰਾ ਹੈ ਜੋ ਸ਼ਨਾਖਤੀ ਕਾਰਡ ਬਣਾਉਂਦਾ ਹੈ ਆਈਡੈਂਟੀਟੀ ਕਾਰਡ ਬਣਾਉਂਦਾ ਹੈ ਜਿਹਦੇ ਕੋਲ ਰਜਿਸਟ੍ਰੇਸ਼ਨ ਹੁੰਦੀ ਹੈ ਹਰ ਪਾਕਿਸਤਾਨੀ ਦੀ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਉਹਦਾ ਪੁਠਵਾਰੀ ਜਿਹੜਾ ਲਹਿਜਾ ਹੈ ਉਸਨੇ ਇੱਕ ਵੱਖਰੀ ਜ਼ੁਬਾਨ ਦੇ ਤੌਰ ਤੇ ਉਥੇ ਆਪਣੇ ਕੋਲ ਰਜਿਸਟਰਡ ਕਰ ਲਿਆ ਤੇ ਜਿਹੜਾ ਬੰਦਾ ਇੰਦਰਾਜ ਕਰਵਾਏਗਾ ਆਪਣਾ ਰਜਿਸਟ੍ਰੇਸ਼ਨ ਕਰਵਾਏਗਾ ਉਹਦੇ ਅੱਗੇ ਇੱਕ ਖਾਨਾ ਆਏਗਾ ਜਿਹਦੇ ਵਿੱਚ ਲੈਂਗੁਏਜ ਲਿਖੀ ਹੋਏਗੀ ਤੇ ਉਹਦੇ ਚ ਉਹਨਾਂ ਨੇ ਪੁਠੋਹਾਰੀ ਦਾ ਆਪਸ਼ਨ ਵੀ ਦੇ ਦਿੱਤਾ ਇਸ ਹਵਾਲੇ ਨਾਲ ਜਿੰਨੇ ਵੀ ਪੰਜਾਬੀ ਸਣ ਸਾਰਿਆਂ ਦੇ ਵਿੱਚ ਇੱਕ ਤਸ਼ਵੀਸ਼ ਦੀ ਲਹਿਰ ਦੌੜ ਗਈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਸ ਹਵਾਲੇ ਨਾਲ ਗੱਲਬਾਤ ਹੋ ਰਹੀ ਸੀ ਜਿਹੜੀਆਂ ਪੰਜਾਬੀ ਤਨਜ਼ੀਮਾਂ ਸਣ ਉਹ ਵੀ ਲੱਗੀਆਂ ਸਨ ਤੇ ਜਿਹੜੇ ਹੋਰ ਜਿਹੜੇ ਪੰਜਾਬੀ ਜਿਹੜੇ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਨ ਉਹ ਵੀ ਇਸ ਹਵਾਲੇ ਨਾਲ ਗੱਲਬਾਤ ਸੋਸ਼ਲ ਮੀਡੀਆ ਦੇ ਉੱਤੇ ਕਰ ਰਹੇ ਸਨ ਇਸੇ ਹਵਾਲੇ ਨਾਲ ਪੰਜਾਬ ਸੇਵਕ ਸਾਂਝ ਜਿਹੜੀ ਰਾਵਲਪਿੰਡੀ ਦੀ ਇੱਕ ਤਨਜ਼ੀਮ ਹੈ ਔਰ ਫਿਰ ਪੰਜਾਬੀ ਸਾਫੀਆਂ ਦੀ ਇੱਕ ਤਨਜ਼ੀਮ ਹੈ ਜੋ ਕਿ ਨੈਸ਼ਨਲ ਪ੍ਰੈਸ ਕਲੱਬ ਦੇ ਅੰਦਰ ਹੈ ਔਰ ਪੰਜਾਬੀ ਸਾਫੀਆਂ ਦੀ ਇੱਕ ਤਨਜ਼ੀਮ ਹੈ ਯੂਪੀਜੇ ਯੂਨੀਅਨ ਆਫ ਪੰਜਾਬੀ ਜਰਨਲਿਸਟ ਇਹਨਾਂ ਦੀ ਇੱਕ ਮੁਸ਼ਤਰਕਾ ਇੱਕ ਇਹਨਾਂ ਨੇ ਮੀਟਿੰਗ ਰੱਖੀ ਇਸੇ ਹਵਾਲੇ ਦੇ ਨਾਲ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਰੋਲਾ ਚੱਲ ਰਿਹਾ ਸੀ ਉਹਦੇ ਵਿੱਚ ਹੀ ਇਸ ਹਵਾਲੇ ਨਾਲ ਗੱਲਬਾਤ ਕੀਤੀ ਗਈ ਕਿ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਹੈ ਪਹਿਲੇ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਇਸ ਦੇ ਵਿੱਚ ਕਿੰਨੀ ਸੱਚਾਈ ਇਹ ਹੈ ਵੀ ਜਾਂ ਨਹੀਂ ਔਰ ਅਗਰ ਫਰਜ਼ ਕਰੋ ਹੋ ਜਾਂਦੀ ਹੈ ਤਾਂ ਸਾਨੂੰ ਕਿਹੜੇ ਕਿਹੜੇ ਮੈਦਾਨ ਦੇ ਵਿੱਚ ਕਿਸ ਕਿਸ ਤਰ੍ਹਾਂ ਖਲੋਣਾ ਚਾਹੀਦਾ ਹੈ ਔਰ ਕਿੰਜ ਕਰਕੇ ਅਗਰ ਅਦਾਲਤ ਅਦਾਲਤ ਤੱਕ ਜਾਣਾ ਪੈਂਦਾ ਹੈ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਪ੍ਰੋਟੈਸਟ ਕਰਨਾ ਹੁੰਦਾ ਹੈ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਇਸ ਹਵਾਲੇ ਨਾਲ ਗੱਲਬਾਤ ਹੋਈ ਫਿਰ ਡਿਊਟੀਆਂ ਲਾਈਆਂ ਗਈਆਂ ਮੁxtਲਫ ਲੋਕਾਂ ਦੀਆਂ ਉਹਦੇ ਵਿੱਚ ਮੇਰੀ ਡਿਊਟੀ ਲੱਗੀ ਕਿ ਮੈਂ ਨਾਦਰਾ ਜਿਹੜਾ ਹੈ ਉਹਦੇ ਵਿੱਚ ਰابطਾ ਕਰਕੇ ਔਰ ਜਾਣਕਾਰੀ ਲਵਾਂ ਉਹਦੇ ਵਿੱਚ ਸਾਡੇ ਬਹੁਤ ਅੱਛੇ ਮਾਸ਼ਾਅੱਲਾ ਸਾਡੇ ਇੱਕ ਭਾਈ ਹੈ ਨੇ ਜੋ ਕਿ ਮੀਡੀਆ ਕੋਆਰਡੀਨੇਟਰ ਨੇ ਚੇਅਰਮੈਨ ਸਾਹਿਬ ਦੇ ਨਾਲ ਹੁੰਦੇ ਨੇ ਤੇ ਉਹਨਾਂ ਦੇ ਨਾਲ ਜਿਸ ਵੇਲੇ ਮੈਂ ਰابطਾ ਕੀਤਾ ਔਰ ਉਹਨਾਂ ਨੂੰ ਮੈਂ ਸੂਰਤਿ ਹਾਲ ਦੱਸੀ ਕਿ ਪੰਜਾਬੀ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ تشویش ਦੀ ਲਹਿਰ ਦੌੜੀ ਹੋਈ ਹੈ ਤੇ ਤੁਸੀਂ ਇਸ حوالے ਨਾਲ ਕੀ ਜਾਣਕਾਰੀ ਦਿੰਦੇ ਹੋ ਕਿ کیا ਵਾਕੀ ਤੁਸੀਂ ਪਟੋਹਾਰੀ ਨੂੰ ਇੱਕ ਵੱਖਰੀ ਜ਼ੁਬਾਨ ਦੇ ਤੌਰ ਤੇ ਆਪਣੇ ਕੋਲ ਰਜਿਸਟਰਡ ਕਰ ਲਿਆ ਤੇ ਅ ਅੱਲਾਹ تعالی ਉਹਨਾਂ ਨੂੰ ਸਲਾਮਤ ਰੱਖੇ ਉਸ ਭਾਈ ਨੇ ਮੈਨੂੰ ਆਖਿਆ ਕਿ ਯਾਰ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਥੋੜਾ ਜਿਹਾ ਟਾਈਮ ਦਿਓ ਤੇ ਮੈਂ ਪੂਰੀ تفصیل ਜਿਹੜੀ ਹੈ ਉਹ ਪਹਿਲੇ ਮੈਂ ਦੇਖ ਲਵਾਂ ਡਿਟੇਲ ਚੈੱਕ ਕਰ ਲਵਾਂ ਮੈਂ ਪੁੱਛ ਦੱਸ ਕਰ ਲਵਾਂ ਫਿਰ ਮੈਂ ਤੁਹਾਨੂੰ ਦੱਸਦਾ ਔਰ ਫਿਰ ਉਸੇ ਤਰ੍ਹਾਂ ਉਹਨਾਂ ਨੇ ਬਹੁਤ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੇਰੇ ਨਾਲ ਬਹੁਤ ਤਾਲਮੇਲ ਕੀਤਾ ਉਹਨਾਂ ਨੇ ਖੁਦ ਮੈਨੂੰ ਫੋਨ ਕੀਤਾ ਕਾਲ ਬੈਕ ਕੀਤੀ ਬਾਅਦ ਵਿੱਚ ਔਰ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਇੱਕ ਝੂਠੀ ਖਬਰ ਹੈ ਇੱਕ ਫੇਕ ਖਬਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਿਹੜਾ ਪਠਵਾਰੀ ਪੰਜਾਬੀ ਜ਼ੁਬਾਨ ਦਾ ਲੈਜ ਹੈ ਅਸੀਂ ਇਸ ਨੂੰ ਜ਼ੁਬਾਨ ਦੇ ਤੌਰ ਤੇ ਆਪਣੇ ਕੋਲ ਰਜਿਸਟਰਡ ਨਹੀਂ ਕੀਤਾ ਨਾਲ ਉਹਨਾਂ ਨੇ ਮੈਨੂੰ ਇਹ ਵੀ ਤਫਸੀਲ ਦੱਸੀ ਉਹਨਾਂ ਨੇ ਮੈਨੂੰ ਦੱਸਿਆ ਤੇ ਨਾਦਰਾ ਦਾ ਜਿਹੜਾ ਸਾਡਾ ਅਸੀਂ ਆਪਣੇ ਤੌਰ ਤੇ ਨਾਦਰਾ ਨੇ ਮਤਲਬ ਉਹਨਾਂ ਨੇ ਆਪਣੇ ਤੌਰ ਤੇ ਅਕਾਦਮੀ ਅਕਾਦਮੀ ਅਦਬਿਆਤ ਜਿਹੜੀ ਹੈ ਅਕੈਡਮੀ ਆਫ ਲੈਟਰਸ ਜਿਹੜਾ ਹੈ ਉੱਥੇ ਵੀ ਕਹਿੰਦੇ ਨੇ ਅਸੀਂ ਫੋਨ ਕੀਤਾ ਉਹਨਾਂ ਕੋਲ ਡਿਟੇਲ ਪੁੱਛੀ ਕਿ ਤੁਹਾਡੇ ਕੋਲ ਕੀ ਸਟੇਟਸ ਹੈ ਪਟਵਾਰੀ ਦੇ ਹਵਾਲੇ ਨਾਲ ਤੇ ਅਕਾਦਮੀ ਅਦਬਿਆਤ ਨੇ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਦਰਖਾਸਤ ਜ਼ਰੂਰ ਆਈ ਏ ਇਸ ਹਵਾਲੇ ਨਾਲ ਕਿ ਸਾਡੀ ਜਿਹੜੀ ਲਹਿਜਾ ਹੈ ਇਹ ਜਿਹੜਾ ਪਟਵਾਰੀ ਇਹ ਇੱਕ ਵੱਖਰੀ ਜ਼ੁਬਾਨ ਹੈ ਤੇ ਇਸ ਨੂੰ ਜ਼ੁਬਾਨ ਦੇ ਤੌਰ ਤੇ ਕਨਸੀਡਰ ਕੀਤਾ ਜਾਵੇ ਤੇ ਲੇਕਿਨ ਅਸੀਂ ਨੇ ਨਹੀਂ ਕੀਤਾ ਮਤਲਬ ਇਹ ਕਿ ਲੈਟਰ ਆਫ ਅਕੈਡਮੀ ਉਹਨਾਂ ਕੋਲ ਵੀ ਇਹ ਸਿਰਫ ਇਹ ਪੰਜਾਬੀ ਜ਼ੁਬਾਨ ਦਾ ਇੱਕ ਲਹਿਜੇ ਦੇ ਤੌਰ ਤੇ ਰਜਿਸਟਰਡ ਹੈ ਪਠਵਾਰੀ ਔਰ ਨਾਦਰਾ ਦੇ ਕੋਲ ਵੀ ਇਹ ਪਠਵਾਰੀ ਜਿਹੜੀ ਹੈ ਇਹ ਕੋਈ ਵੱਖਰੀ ਜ਼ੁਬਾਨ ਦੇ ਤੌਰ ਤੇ ਰਜਿਸਟਰਡ ਨਹੀਂ ਹੋਈ ਤੇ ਉਹਨਾਂ ਨੇ ਆਖਿਆ ਕਿ ਅਸੀਂ ਇੱਕ ਜ਼ਿੰਮੇਦਾਰੀਦਾਰਾਂ ਔਰ ਅਸੀਂ ਕਦੀ ਵੀ ਲੋਕਾਂ ਦੇ ਜਜ਼ਬਾਤ ਨੂੰ ਠੇਸ ਨਹੀਂ ਪਹੁੰਚਾਉਂਦੇ ਔਰ ਉਨਾਂ ਨੇ ਆਖਿਆ ਕਿ ਜਿਤਨੀਆਂ ਵੀ ਪੰਜਾਬੀ ਤਨਜ਼ੀਮਾਂ ਜਾਂ ਜਿਤਨੇ ਵੀ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਇਹ ਗੱਲ ਦੱਸ ਦਿਓ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਔਰ ਅੱਛਾ ਕੀਤਾ ਤੁਸੀਂ ਕਿ ਤੁਸੀਂ ਪਹਿਲੇ ਇਹਦੀ ਡਿਟੇਲ ਜਿਹੜੀ ਹੈ ਉਹ ਪੁੱਛੀ ਇਹਦੀ ਹਵਾਲੇ ਨਾਲ ਤਫਸੀਲ ਸੱਚਾਈ ਪੁੱਛੀ ਔਰ ਉਹਨਾਂ ਨੇ ਦੱਸਿਆ ਕਿ ਸਾਨੂੰ ਪਤਾ ਹੈ ਕਿ ਇਹ ਇੱਕ ਹਸਾਸ ਮਸਲਾ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬੀਆਂ ਦੇ ਵਾਕੀ ਦਿਲ ਦਿਲ ਦੀ ਦਿਲਜ਼ారీ ਹੋਈ ਹੋਈ ਹੋਵੇਗੀ ਜਿਸ ਵਜ੍ਹਾ ਤੋਂ ਫਿਰ ਉਹਨਾਂ ਨੇ ਐਕਟਿਵਲੀ ਔਰ ਬੜੇ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਲਿਆ ਔਰ ਸਾਰੀ ਡਿਟੇਲ ਉਹਨਾਂ ਨੇ ਦੱਸੀ ਬਹੁਤ ਮਿਹਰਬਾਨੀ